ਦੋਸਤੋ ਤੁਸੀਂ ਸੁਣਨੇ ਜਾ ਰਹੇ ਹੋ ਉਹ ਹੈਂਡਰੀ ਦੀ ਲਿਖੀ ਕਹਾਣੀ ਪੁਲਥਿਆ ਤੇ ਗੀਤ ਇਹ ਅਨੁਵਾਦ ਚਰਨ ਗਿਲ ਨੇ ਕੀਤਾ ਏ ਤੇ ਆਵਾਜ਼ ਹੈ ਮੇਰੀ ਯਾਨੀ ਜਕਸੀਰ ਦੀ ਮੈਡੀਸਨ ਚੌਂਕ ਦੇ ਇੱਕ ਬੈਂਚ ਉੱਤੇ ਸੋਪੀ ਬੇਚੰਨੀ ਨਾਲ ਕਰਵਟਾਂ ਬਦਲ ਰਿਹਾ ਸੀ ਜਦੋਂ ਜੰਗਲੀ ਬਤਖਾਂ ਰਾਤ ਨੂੰ ਵੀ ਜ਼ੋਰ-ਜ਼ੋਰ ਨਾਲ ਚੀਕਣ ਲੱਗਣ ਜਦੋਂ ਸੀਲ ਦੀ ਖੱਲ ਦੇ ਓਵਰਕੋਟ ਦੀ ਅਣਹੋਂਦ ਵਿੱਚ ਇਸਤਰੀਆਂ ਆਪਣੇ ਪਤੀਆਂ ਨਾਲ ਹੋਰ ਜ਼ਿਆਦਾ ਛੱਟ ਕੇ ਬੈਠਣ ਲੱਗਣ ਅਤੇ ਜਦੋਂ ਬਾਗ ਵਿੱਚ ਪਈ ਬੈਂਚ ਤੇ ਸੋਪੀ ਬੇਚੰਨੀ ਨਾਲ ਕਰਵਟਾ ਬਦਲਣ ਲੱਗੇ ਤਾਂ ਤੁਸੀਂ ਕਹਿ ਸਕਦੇ ਹੋ ਕਿ ਸਰਦੀ ਦੀ ਆਮਦ ਹੋਣ ਵਾਲੀ ਹੈ ਸੋਪੀ ਦੀ ਗੋਦ ਵਿੱਚ ਇੱਕ ਸੁੱਕਿਆ ਹੋਇਆ ਪੱਤਾ ਆ ਡਿੱਗਿਆ ਇਹ ਪਾਲਾ ਸ਼ੁਰੂ ਹੋਣ ਦੀ ਪੂਰਵ ਸੋਚਨਾ ਸੀ ਮੈਡੀਸਨ ਚੌਕ ਦੇ ਨਿਵਾਸੀਆਂ ਪ੍ਰਤੀ ਪਾਲਾ ਭਾਈ ਸਾਹਿਬ ਬਹੁਤ ਹੀ ਸੌਨੇ ਤੇ ਆਪਣੀ ਸਲਾਨਾ ਆਮਦ ਦੀ ਪੂਰਵ ਸੋਚਨਾ ਉਹਨਾਂ ਨੂੰ ਭੇਜ ਦਿੰਦੇ ਨੇ ਹਰ ਚੁਰਾਹੇ ਤੇ ਪਾਲਾ ਭਾਈ ਸਾਹਿਬ ਉਤਰੀ ਪਉਣ ਨੂੰ ਜੋ ਫੁੱਟਪਾਥ ਦੇ ਨਿਵਾਸੀਆਂ ਲਈ ਚਪੜਾਸੀ ਦਾ ਕੰਮ ਕਰਦੀ ਹੈ ਆਪਣਾ ਵਿਜ਼ਿਟਿੰਗ ਕਾਰਡ ਸੁੱਕੇ ਪੱਤੇ ਦੇ ਰੂਪ ਵਿੱਚ ਭੇਜ ਦਿੰਦੇ ਨੇ ਤਾਂ ਕਿ ਉਹ ਉਹਨਾਂ ਦੇ ਸਵਾਗਤ ਨੂੰ ਤਿਆਰ ਰਹਿਣ ਸੋਪੀ ਦੇ ਦਿਮਾਗ ਨੇ ਇਸ ਸੱਚਾਈ ਨੂੰ ਕਬੂਲ ਕਰ ਲਿਆ ਸੀ ਕਿ ਉਸ ਨੂੰ ਹੁਣ ਆਉਣ ਵਾਲੀਆਂ ਕਠਿਨਾਈਆਂ ਦਾ ਸਾਹਮਣਾ ਕਰਨ ਲਈ ਕਮਰ ਕਸਣੀ ਪਵੇਗੀ ਤੇ ਇਸੇ ਕਰਕੇ ਅੱਜ ਉਹ ਬੈਂਚ ਤੇ ਬੇਚੈਨੀ ਨਾਲ ਕਰਵਟਾਂ ਬਦਲ ਰਿਹਾ ਸੀ ਪਾਲੇ ਤੋਂ ਬਚਣ ਲਈ ਸੋਪੀ ਨੇ ਕੋਈ ਖਾਸ ਤਿਆਰੀ ਨਹੀਂ ਸੀ ਕੀਤੀ ਭੂਮਤ ਸਾਗਰ ਦੇ ਕਿਨਾਰੇ ਜਾਂ ਵਿਸੂ ਵਿਐਸ ਦੀ ਖਾੜੀ ਤੇ ਨਸ਼ੀਲੇ ਅਸਮਾਨ ਹੇਠਾਂ ਬਿਨਾਂ ਗੱਲੋਂ ਘੁੰਮਣ ਦੀ ਉਸ ਦੀ ਕੋਈ ਆਰਜ਼ੂ ਨਹੀਂ ਸੀ ਉਸ ਦੀ ਆਤਮਾ ਦਾ ਸਿਰਫ ਇਹ ਚਾਹੁੰਦੀ ਸੀ ਕਿ 3 ਮਹੀਨੇ ਜੇਲ੍ਹ ਵਿੱਚ ਕੱਟ ਜਾਣ 3 ਮਹੀਨੇ ਤੱਕ ਰਹਿਣ ਤੇ ਖਾਣ ਦਾ ਬੰਦੋਬਸਤ ਹਮਜੋਲੀਆਂ ਨਾਲ ਸਹਿਵਾਸ ਤੇ ਕੜਾਕੇ ਦੀ ਸਰਦੀ ਤੋਂ ਬਚਾ ਇਹ ਹੀ ਸੀ ਉਹਦੀਆਂ ਤਮੰਨਾਵਾਂ ਦਾ ਸਾਰ ਵਰਿਆਂ ਤੋਂ ਬਲੈਕਵੈਲ ਦਾ ਮਹਿਮਾਨ ਨਿਵਾਜ਼ ਜੇਲ੍ਹਖਾਨਾ ਹੀ ਉਸ ਦਾ ਸਰਦੀਆਂ ਦਾ ਨਿਵਾਸ ਸਥਾਨ ਰਿਹਾ ਹੈ ਜਿਵੇਂ ਨਿਊਯਾਰਕ ਦੇ ਹੋਰ ਵਿਭਾਗੇ ਲੋਕ ਹਰ ਸਾਲ ਸਰਦੀਆਂ گزارਣ ਲਈ ਰਵਿਰਾਜਾ ਪਾਮ ਬੀਚ ਜਾਂਦੇ ਨੇ ਓਵੇਂ ਹੀ ਸੋਪੀਨੇ ਵੀ ਸਿਆਲਾ ਵਿੱਚ ਜੇਲ੍ਹ ਵਿੱਚ ਹਿਜਰਤ ਕਰਨ ਦੇ ਮਾਮੂਲੀ ਇੰਤਜ਼ਾਮ ਕਰ ਲਏ ਸਨ ਤੇ ਹੁਣ ਉਹ ਸਮਾਂ ਆ ਗਿਆ ਸੀ ਪਿਛਲੀ ਰਾਤ ਉਸੇ ਚੌਕ ਵਿੱਚ ਫੁਵਾੜੇ ਦੇ ਕੋਲ ਇੱਕ ਬੈਂਚ ਤੇ ਉਸਨੇ ਰਾਤ ਕੱਟੀ ਪਰ ਕੋਟ ਦੇ ਹੇਠਾਂ ਗੋਡਿਆਂ ਅਤੇ ਕਮਰ ਤੇ ਲਪੇਟੇ ਹੋਏ ਤਿੰਨ ਮੋਟੇ-ਮੋਟੇ ਅਖਬਾਰ ਵੀ ਠੰਡ ਉਸ ਦੀ ਰਾਖੀ ਨਾ ਕਰ ਸਕੇ ਇਸ ਲਈ ਉਸ ਨੂੰ ਜੇਲ੍ਹ ਦੀ ਯਾਦ ਸਤਾਉਣ ਲੱਗੀ ਸ਼ਹਿਰ ਦੇ ਗਰੀਬਾਂ ਲਈ ਜੋ ਸੌਣ ਦੀ ਤਰ੍ਹਾਂ ਮਾਰਥ ਵਿਵਸਥਾ ਕੀਤੀ ਜਾਂਦੀ ਸੀ ਉਹਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਸੋਪੀ ਦੀ رائے ਵਿੱਚ ਪਰ ਉਪਕਾਰ ਨਾਲੋਂ ਕਾਨੂੰਨ ਕਿਤੇ ਜ਼ਿਆਦਾ ਦਿਆਲੂ ਹੈ ਸ਼ਹਿਰ ਵਿੱਚ ਨਗਰਪਾਲਿਕਾ ਵੱਲੋਂ ਕਈ ਲੰਗਰ ਤੇ ਸੰਸਥਾਵਾਂ ਚੱਲਦੀਆਂ ਸਨ ਜਿੱਥੇ ਉਸਨੂੰ ਖਾਣਾ ਤੇ ਰਹਿਣਾ ਅਸਹਿ ਬੋਝ ਲੱਗਦਾ ਸੀ ਦਾਨ ਦੇ ਹੱਥੋਂ ਪ੍ਰਾਪਤ ਕੀਤੀ ਗਈ ਕਿਸੇ ਵੀ ਸਹਾਇਤਾ ਦਾ ਮੁੱਲ ਤੁਹਾਨੂੰ ਰੁਪਈਆਂ ਨਾਲ ਨਹੀਂ ਸਗੋਂ ਬੇਇੱਜ਼ਤੀ ਨਾਲ ਚੁਕਾਉਣਾ ਪੈਂਦਾ ਹੈ ਜਿਸ ਤਰ੍ਹਾਂ ਸੀਜ਼ਰ ਦੇ ਨਾਲ ਬਰੂਟਸ ਸੀ ਉਸੇ ਪ੍ਰਕਾਰ ਧਰਮਸ਼ਾਲਾ ਦੀ ਹਰ ਚਾਰਪਾਈ ਦੇ ਨਾਲ ਇਸ਼ਨਾਨ ਕਰਨ ਦੀ ਸਦਾ ਤੇ ਲੰਗਰ ਦੀ ਰੋਟੀ ਦੇ ਹਰ ਟੁਕੜੇ ਦੇ ਨਾਲ ਆਪਣੇ ਵਿਅਕਤੀਗਤ ਜੀਵਨ ਦੀ ਛਾਣਬੀਨ ਕਰਨ ਦਾ ਦੰਡ ਜ਼ਰੂਰੀ ਜੁੜਿਆ ਰਹਿੰਦਾ ਹੈ ਇਸ ਲਈ ਕਾਨੂੰਨ ਦੇ ਮਹਿਮਾਨ ਬਨਣਾ ਹੀ ਬਿਹਤਰ ਹੈ ਕਿਉਂਕਿ ਕਾਨੂੰਨ ਕਿਸੇ ਵੀ شریف ਆਦਮੀ ਦੇ ਵਿਅਕਤੀਗਤ ਜੀਵਨ ਵਿੱਚ ਬਿਲਕੁਲ ਦਖਲ ਨਹੀਂ ਦਿੰਦਾ ਜੇਲ੍ਹ ਜਾਣ ਦਾ ਨਿਸ਼ਚਾ ਕਰਦੇ ਹੀ ਸੋਪੀ ਨੇ ਤੁਰੰਤ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਇਸ ਉਦੇਸ਼ ਨੂੰ ਪ੍ਰਾਪਤ ਕਰਨ ਦੇ ਅਨੇਕਾਂ ਤੇ ਆਸਾਨ ਤਰੀਕੇ ਨੇ ਸਭ ਤੋਂ ਸੌਖਾ ਤਰੀਕਾ ਹੈ ਕਿਸੇ ਵਧੀਆ ਹੋਟਲ ਵਿੱਚ ਸ਼ਾਨਦਾਰ ਭੋਜਨ ਕੀਤਾ ਜਾਵੇ। ਉਸ ਦੇ ਬਾਅਦ ਵਿੱਚ ਖੁਦ ਨੂੰ ਦਿਵਾਲੀਆ ਘੋਸ਼ਿਤ ਕਰਕੇ ਬਿਨਾਂ ਸ਼ੋਰਗੁਲ ਚੁੱਪਚਾਪ ਪੁਲਿਸ ਦੇ ਹੱਥਾਂ ਵਿੱਚ ਜਾਇਆ ਜਾਵੇ। ਇਸ ਦੇ ਬਾਅਦ ਦੀ ਵਿਵਸਥਾ ਕੋਈ ਸਮਝਦਾਰ ਨਿਆਂ ਅਧਿਕਾਰੀ ਆਪਣੇ ਆਪ ਕਰ ਦੇਵੇਗਾ। ਸੋਪੀ ਬੈਂਚ ਤੋਂ ਉੱਠ ਕੇ ਚੌਕ ਤੋਂ ਬਾਹਰ ਨਿਕਲਿਆ ਤੇ ਪੱਕੀਆਂ ਸੜਕਾਂ ਦੇ ਜਾਲ ਨੂੰ ਲੰਘਦਾ ਹੋਇਆ ਉੱਥੇ ਅਪੜਿਆ ਜਿੱਥੇ ਪੰਜਵੀਂ ਸੜਕ ਬਰਾਡਵੇ ਨੂੰ ਮਿਲਦੀ ਹੈ। ਉਹ ਬਰਾਡਵੇ ਵੱਲ ਮੁੜਿਆ ਤੇ ਇੱਕ ਚਮਚਮਾਉਂਦੇ ਹੋਟਲ ਦੇ ਸਾਹਮਣੇ ਰੁਕਿਆ। ਜਿੱਥੇ ਹਰ ਰਾਤ ਰੇਸ਼ਮੀ ਕੱਪੜਿਆਂ ਦੀ ਤੜਕ-ਪੜਕ ਵਿਖਾਈ ਦਿੰਦੀ ਹੈ। ਅੰਗੂਰਾਂ ਦੀ ਲਾਜਵਾਬ ਸ਼ਰਾਬ ਦੀਆਂ ਨਦੀਆਂ ਵਗਦੀਆਂ ਨੇ ਤੇ ਸਵਾਦੀ ਭਗਵਾਨਾਂ ਦੇ ਢੇਰ ਲੱਗੇ ਮਿਲਦੇ ਨੇ। ਸੋਪੀ ਨੂੰ ਕਮਰ ਤੋਂ ਉੱਤੇ ਪਹਿਨੇ ਹੋਏ ਕੱਪੜਿਆਂ ਤੇ ਤਾਂ ਪੂਰਾ ਵਿਸ਼ਵਾਸ ਸੀ। ਉਸਦੀ ਦਾੜੀ ਬਣੀ ਹੋਈ ਸੀ। ਕੋਟ ਸਾਫ਼ ਸੁਥਰਾ ਸੀ ਤੇ ਥੈਂਕਸ ਗਿਵਿੰਗ ਡੇ ਤੇ ਕਿਸੇ ਮਿਸ਼ਨਰੀ ਟੀਵੀ ਵੱਲੋਂ ਮਿਲੀ ਟਾਈ ਲੱਗੀ ਹੋਈ ਸੀ। ਉਸਦੇ ਹੁਲੀਏ ਤੋਂ ਲੱਗ ਰਿਹਾ ਸੀ ਕਿ ਉਹ ਕਿਸੇ ਖਾਂਦੇ ਪਿੰਦੇ ਘਰ ਤੋਂ ਹੈ। ਜੇਕਰ ਕਿਸੇ ਤਰ੍ਹਾਂ ਦੀ ਸ਼ੰਕਾ ਪੈਦਾ ਕੀਤੇ ਬਿਨਾ ਟੇਬਲ ਤੱਕ ਪਹੁੰਚ ਗਿਆ ਤਾਂ ਸਫਲਤਾ ਉਹਦੇ ਹੱਥ ਵਿੱਚ ਸੀ। ਸਰੀਰ ਦਾ ਉਹ ਭਾਗ ਜੋ ਟੇਬਲ ਦੇ ਉੱਤੇ ਵਿਖਾਈ ਦਿੰਦਾ ਹੈ। ਵੇਟਰ ਦੇ ਮਨ 'ਚ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਸੀ ਪੈਦਾ ਕਰ ਸਕਦਾ। ਸੋਪੀ ਨੇ ਸੋਚਿਆ ਕਿ ਫ੍ਰਾਂਸੀਸੀ ਸ਼ਰਾਬ ਦੀ ਇੱਕ ਬੋਤਲ, ਮੁਰਗ ਮੁਸੱਲਮ, ਪੁडिंग, ਅੱਧਾ ਪੈਗ ਸ਼ੈਂਪੇਨ ਤੇ ਇੱਕ ਸਿਗਾਰ। ਬਾਸ ਇੰਨਾ ਕਾਫੀ ਹੋਵੇਗਾ। ਸਿਗਾਰ ਦੀ ਕੀਮਤ ਤਾਂ 1 ਡਾਲਰ ਤੋਂ ਜ਼ਿਆਦਾ ਨਹੀਂ ਹੋਣੀ। ਸਭ ਮਿਲਾ ਕੇ ਕੀਮਤ ਇੰਨੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਕਿ ਹੋਟਲ ਮਾਲਕ ਦੇ ਮਨ ਵਿੱਚ ਬਦਲਾ ਲੈਣ ਦੀ ਭਾਵਨਾ ਪੈਦਾ ਹੋ ਜਾਵੇ ਫਿਰ ਵੀ ਤ੍ਰਿਪਤੀ ਇੰਨੀ ਕੁ ਹੋਣੀ ਚਾਹੀਦੀ ਏ ਕਿ ਇਹ ਪਾਲਾ ਜੇਲ੍ਹ ਵਿੱਚ ਖੁਸ਼ੀ-ਖੁਸ਼ੀ ਲੰਘ ਜਾਵੇ ਪਰ ਜਿਵੇਂ ਹੀ ਸੋਪੀ ਨੇ ਹੋਟਲ ਦੇ ਦਰਵਾਜ਼ੇ ਵਿੱਚ ਪੈਰ ਰੱਖਿਆ ਮੁੱਖ ਵੇਟਰ ਦੀ ਨਜ਼ਰ ਉਸਦੀ ਫੱਟੀ ਪਤਲੂਣ ਤੇ ਪੁਰਾਣੇ ਜੁੱਤੇਾਂ ਤੇ ਪੈ ਗਈ ਤੁਰੰਤ ਹੀ ਤਗੜੇ ਅਤੇ ਪ੍ਰਬੀਨ ਹੱਥਾਂ ਨੇ ਉਸ ਨੂੰ ਫੜ ਕੇ ਚੁੱਪਚਾਪ ਸੜਕ ਤੇ ਲਿਆ ਪਟਕਿਆ ਤੇ ਇਸ ਤਰ੍ਹਾਂ ਮੁਰਗ ਮੁਸੱਲਮ ਦੇ ਬਰਬਾਦ ਹੋਣ ਦੀ ਨੌਬਤ ਤਲ ਗਈ। ਸੋਪੀ ਬਰਾਡਵੇ ਤੋਂ ਵਾਪਸ ਪਰਤਿਆ। ਉਸ ਨੂੰ ਮਹਿਸੂਸ ਹੋਇਆ ਕਿ ਇਛਿਤ ਟੀਚੇ ਤੱਕ ਪਹੁੰਚਣ ਲਈ ਇਸਵਾਦੀ ਭੋਜਨ ਵਾਲਾ ਰਸਤਾ ਤਾਂ ਕੰਮ ਨਹੀਂ ਆਉਣਾ। ਜੇਲ੍ਹ ਜਾਣ ਦਾ ਕੋਈ ਹੋਰ ਤਰੀਕਾ ਬਣਾਉਣਾ ਪਵੇਗਾ। 6ਵੀਂ ਸੜਕ ਦੇ ਮੋੜ ਤੇ ਉਸ ਨੂੰ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਨਾਲ ਸਜੀ ਹੋਈ ਇੱਕ ਕੱਚ ਦੀ ਖਿੜਕੀ ਬਿਜਲੀ ਦੀ ਰੋਸ਼ਨੀ ਵਿੱਚ ਜਗਮਗਉਂਦੀ ਵਿਖਾਈ ਦਿੱਤੀ। ਸੋਪੀ ਨੇ ਪੱਥਰ ਚੁੱਕਿਆ ਤੇ ਸ਼ੀਸ਼ੇ ਤੇ ਦੇ ਮਾਰਿਆ। ਚਾਰੇ ਪਾਸੇ ਲੋਕ ਭੱਜੇ। ਤੱਕ پولیس ਦਾ ਸਪਾਈ ਵੀ ਉੱਥੇ ਆ ਗਿਆ ਸਪਾਹੀ ਨੂੰ ਵੇਖ ਕੇ ਸੋਪੀ ਮੁਸਕਰਾਇਆ ਤੇ ਆਪਣੀਆਂ ਜੇਬਾਂ ਵਿੱਚ ਹੱਥ ਪਾਈ ਚੁੱਪਚਾਪ ਖੜਾ ਰਿਹਾ ਸਪਾਹੀ ਨੇ ਤੰਤਮਾ ਕੇ ਪੁੱਛਿਆ ਸ਼ੀਸ਼ਾ ਕਿਨੇ ਭੰਨਿਆ ਕਿਸਮਤ ਦਾ ਸਵਾਗਤ ਕਰਦੇ ਹੋਏ ਸੋਪੀ ਨੇ ਵਿਅੰਗਮਈ ਸੁਰ ਵਿੱਚ ਸਹਿਰਦਤਾ ਨਾਲ ਪੁੱਛਿਆ ਕੀ ਤੁਸੀਂ ਇੰਨਾ ਵੀ ਨਹੀਂ ਸਮਝਦੇ ਕਿਸ ਵਿੱਚ ਮੇਰਾ ਵੀ ਹੱਥ ਹੋ ਸਕਦਾ ਹੈ ਸਪਾਹੀ ਦੇ ਦਿਮਾਗ ਨੇ ਸੋਪੀ ਨੂੰ ਦੋਸ਼ੀ ਮੰਨਣ ਤੋਂ ਇਨਕਾਰ ਕਰ ਦਿੱਤਾ ਬਾਰੀ ਨੂੰ ਪੱਥਰ ਮਾਰ ਕੇ ਤੋੜਨ ਵਾਲੇ ਕਾਨੂੰਨ ਦੇ ਰਖਵਾਲਿਆਂ ਨਾਲ ਗੱਪਸ਼ਾਪ ਕਰਨ ਲਈ ਕਦੇ ਨਹੀਂ ਰੁਕਦੇ ਉਹ ਤਾਂ ਫੌਰਨ 911 ਹੋ ਜਾਂਦੇ ਨੇ ਪੁਲਿਸਮੈਨ ਨੇ ਕੁਝ ਦੂਰ ਸੜਕ ਤੇ ਇੱਕ ਆਦਮੀ ਨੂੰ ਬੱਸ ਫੜਨ ਦੀ ਭੱਜਦੇ ਵੇਖਿਆ ਤੇ ਆਪਣਾ ਡੰਡਾ ਘੁਮਾਉਂਦਾ ਹੋਇਆ ਉਹਦੇ ਪਿੱਛੇ ਭੱਜਿਆ ਦੋ ਵਾਰਾ ਸਫਲ ਹੋ ਕੇ ਉਹ ਵੀ ਨਿਰਾਸ਼ ਹੋ ਗਿਆ ਤੇ ਮਟਰ ਗਸ਼ਤੀ ਕਰਨ ਲੱਗਿਆ ਸੜਕ ਦੇ ਉਸ ਪਾਰ ਇੱਕ ਸਧਾਰਨ ਸ਼ਾਨੋ ਸ਼ੌਕਤ ਦਾ ਹੋਟਲ ਸੀ ਉੱਥੇ ਛੋਟੀ ਜਿਹੀ ਤੇ ਵੱਡੇ ਢਿੱਡ ਵਾਲੇ ਗਾਹਕ ਜਾਇਆ ਕਰਦੇ ਨੇ ਘਟਿਆ ਬਰਤਨ ਤੇ ਤੁਖਾਆ ਮੋਲ ਪਤਲੀ ਦਾਲ ਤੇ ਗੰਦੇ ਮੇਜ਼ਪੋਸ਼ ਇਸ ਥਾਂ ਤੇ ਸੋਪੀ ਬਿਨਾਂ ਰੋਕ ਟੋਕ ਆਪਣੀ ਫੱਟੀ ਪਤਲੂਣ ਅਤੇ ਪੁਰਾਣੇ ਜੁੱਤੇ ਸਮੇਤ ਜਾ ਪੜਿਆ ਉਹ ਟੇਬਲ ਤੇ ਜਾ ਬੈਠਾ ਤੇ ਆਪਣਾ ਢਿੱਡ ਭਰ ਕੇ ਕਬਾਬ, ਕੋਫਤੇ, ਕੇਕ ਅਤੇ ਕਚੋਰੀਆਂ ਖਾ ਗਿਆ ਤੇ ਤਦ ਉਸਨੇ ਵੇਟਰ ਦੇ ਸਾਹਮਣੇ ਇੱਕ ਰਹਾਸ ਖੋਲਿਆ ਕਿ ਉਸਦੇ ਕੋਲ ਤਾਂ ਇੱਕ ਫੁੱਟੀ ਕੋੜੀ ਵੀ ਨਹੀਂ ਹੈ بڑے ਰੋਬ ਨਾਲ ਉਸਨੇ ਵੇਟਣ ਨੂੰ ਕਿਹਾ ਚਲੋ ਚਲੋ ਜਲਦੀ ਪੁਲਿਸ ਬੁਲਾਓ ਐਵੇਂ ਬੇਕਾਰ ਵਿੱਚ ਇੱਕ شریف ਬੰਦੇ ਦਾ ਵਕਤ ਕਿਉਂ ਖਰਾਬ ਕਰਦੇ ਹੋ ਅੰਗਾਰਿਆਂ ਵਰਗੀਆਂ ਲਾਲ ਅੱਖਾਂ ਦਿਖਾਉਂਦੇ ਹੋਏ ਕਠੋਰ ਸ਼ਬਦਾਂ ਵਿੱਚ ਵੇਟਰ ਨੇ ਕਿਹਾ ਤੇਰੇ ਲਈ ਪੁਲਿਸ ਬੁਲਾਵਾਂ ਜਾ ਦਫਾ ਹੋ ਉਸਨੇ ਆਪਣੇ ਇੱਕ ਸਾਥੀ ਨੂੰ ਆਵਾਜ਼ ਦਿੱਤੀ ਤੇ ਸੋਪੀ ਭਾਈ ਸਾਹਿਬ ਨੂੰ ਇੱਕ ਵਾਰ ਫਿਰ ਬੇਰਹਿਮੀ ਨਾਲ ਸੜਕ ਤੇ ਲਿਆ ਪਟਕਾ ਦਿੱਤਾ ਗਿਆ ਤਰਖਾਨ ਦੇ ਗਾਇ ਜਿਹੀ ਤਰ੍ਹਾਂ ਹੌਲੀ-ਹੌਲੀ ਇੱਕ-ਇੱਕ ਜੋੜ ਨੂੰ ਖੋਲਦਾ ਹੋਇਆ ਸੋਪੀ ਉੱਠਿਆ ਤੇ ਆਪਣੇ ਕੱਪੜਿਆਂ ਨੂੰ ਝਾੜਨ ਲੱਗਿਆ ਅੱਜ ਤੱਕ ਜਿਵੇਂ ਗ੍ਰਿਫਤਾਰੀ ਉਸਦੇ ਲਈ ਮਿਰਗ ਦ੍ਰਿਸ਼ਨਾ ਹੋ ਗਈ ਉਸਨੂੰ ਸੁਖਦਾਈ ਜੇਲ੍ਹ ਕੋਹਾ ਦਾੂਰ ਵਿਖਾਈ ਦੇਣ ਲੱਗੇ ਕੁਝ ਦੂਰੀ ਤੇ ਇੱਕ ਦੁਕਾਨ ਦੇ ਸਾਹਮਣੇ ਖੜੇ ਸਿਪਾਹੀ ਨੇ ਉਸਨੂੰ ਵੇਖਿਆ ਤੇ ਹੱਸਦਾ ਹੋਇਆ ਆਪਣੇ ਰਸਤੇ ਚੱਲਿਆ ਗਿਆ ਕਾਫੀ ਦੇਰ ਬਾਅਦ ਇਧਰ ਉਧਰ ਭਟਕਣ ਦੇ ਬਾਅਦ ਸੋਪੇ ਵਿੱਚ ਗ੍ਰਿਫਤਾਰ ਹੋਣ ਦੀ ਤਾਂ ਕਰਨ ਦੀ ਹਿੰਮਤ ਨੇ ਫਿਰ ਅੰਗੜਾਈ ਲਈ ਇਸ ਵਾਰ ਜੋ ਮੌਕਾ ਆ ਉਹ ਬੇਸਮਝ ਸੋਪੀ ਨੂੰ ਅਚੋਕ ਲੱਗਿਆ ਇੱਕ ਖੂਬਸੂਰਤ ਤੇ ਅਲੜ ਮੁਟਿਆਰ ਇੱਕ ਦੁਕਾਨ ਦੀ ਖਿੜਕੀ ਦੇ ਸਾਹਮਣੇ ਖੜੀ ਅੰਦਰ ਸਜੀਆਂ ਹੋਈਆਂ ਪਿਆਲੀਆਂ ਅਤੇ ਦਾਵਤਾ ਨੂੰ ਕੁਝ ਵਧੇਰੇ ਹੀ ਦਿਲਚਸਪੀ ਨਾਲ ਵੇਖ ਰਹੀ ਸੀ ਤੇ ਦੋ ਗੱਦ ਦੀ ਦੂਰੀ ਤੇ ਇੱਕ ਕਠੋਰ ਮਹਾਂਦਰੇ ਵਾਲਾ ਸਿਪਾਹੀ ਨਲਕੇ ਦਾ ਸਹਾਰਾ ਲੈ ਖੜਾ ਸੀ ਇਸ ਵਾਰ ਸੋਪੀ ਨੇ ਔਰਤ ਨੂੰ ਛੇੜਨ ਵਾਲੇ ਕਿਰਨੇ ਦਾ ਅਤੇ ਤੁੱਚ ਗੁੰਡੇ ਦਾ ਰੋਲ ਅਦਾ ਕਰਨ ਦਾ ਵਿਚਾਰ ਬਣਾਇਆ ਆਪਣੇ ਸ਼ਿਕਾਰ ਦੀ ਸੁਨੂਖੀ ਅਤੇ ਪੋਲੀ ਸੂਰਤ ਨੂੰ ਵੇਖ ਕੇ ਅਤੇ ਕਾਨੂੰਨ ਦੇ ਚੇਤਨ ਪਹਿਰੇਦਾਰ ਨੂੰ ਕੋਲ ਖੜਾ ਜਾਣ ਕੇ ਸੋਪੀ ਦੀ ਇਹ ਸੋਚਣ ਦੀ ਜੁਰਰਤ ਹੋਈ ਕਿ ਜਲਦ ਹੀ ਉਸ ਨੂੰ ਸਿਪਾਹੀ ਦੇ ਪੰਜੇ ਦੀ ਉਸ ਸੁਖ ਦੇ ਗ੍ਰਿਫਤ ਦਾ ਅਹਿਸਾਸ ਹੋਵੇਗਾ ਜੋ ਉਸ ਨੂੰ ਸਰਦੀਆਂ ਗੁਜ਼ਾਰਨ ਲਈ ਨਿੱਕੀ ਜੇਲ੍ਹ ਵਿੱਚ ਪਹੁੰਚਾ ਦੇਵੇਗੀ। ਸੋਪੀ ਨੇ ਮਿਸ਼ਨਰੀ ਟੀਵੀ ਦੁਆਰਾ ਭੇਟ ਕੀਤੀ ਗਈ ਟਾਈ ਨੂੰ ਠੀਕ ਕੀਤਾ। ਵੱਲ ਪਈਆਂ ਹੋਈਆਂ ਆਸਤੀਨਾਂ ਨੂੰ ਜ਼ੋਰ ਨਾਲ ਬਾਹਰ ਕੱਢਿਆ। ਟੋਪ ਨੂੰ ਤਿਰਛੇ ਅੰਦਾਜ਼ ਨਾਲ ਪਹਿਨਿਆ ਅਤੇ ਉਸ ਮੁਟਿਆਰ ਵੱਲ ਵਧਿਆ। ਉਸ ਨੇ ਉਸ ਨੂੰ ਅੱਖ ਨਾਲ ਇਸ਼ਾਰੇ ਕੀਤੇ। ਉਸ ਨੂੰ ਵੇਖ ਕੇ ਖੰਘੂਰਿਆ ਤੇ ਚਿਹਰੇ ਤੇ ਬਨੌਟੀ ਹਾਸੇ ਲੈ ਕੇ ਬਤਮੀਜ਼ ਤੇ ਘਿਰਨੇ ਤੇ ਗੁੰਡਾ ਦੀ ਤਰ੍ਹਾਂ ਝੁੰਮਣ ਲੱਗਾ। ਆਪਣੀ ਅੱਖ ਦੀ ਕੋਰ ਤੋਂ ਤਿਰਛੀ ਨਜ਼ਰ ਨਾਲ ਉਸ ਨੇ ਉਹ ਵੇਖ ਲਿਆ। ਕਿ ਪੁਲਿਸ ਟੈਸਪਾਈ ਉਸ ਨੂੰ ਕੂਰ ਰਿਹਾ ਏ ਮਟਿਆਰ ਵੀ 2-4 ਕਦਮ ਅੱਗੇ ਪਿੱਛੇ ਹੋਈ ਤੇ ਫਿਰ ਜ਼ਿਆਦਾ ਇਕਾਗਰਤਾ ਨਾਲ ਖਿੜਕੀ ਵਿੱਚ ਸੱਜੀਆਂ ਚੀਜ਼ਾਂ ਨੂੰ ਵੇਖਣ ਲੱਗੇ ਸੋਪੀ ਬਿਨਾਂ ਡਰੇ ਅੱਗੇ ਵਧਿਆ ਉਸ ਦੇ ਕੋਲ ਜਾ ਕੇ ਖੜਿਆ ਤੇ ਆਪਣਾ ਟੋਪ ਸਿਰ ਤੋਂ ਚੱਕ ਕੇ ਬੋਲਿਆ ਕਿਹਾ ਜੜੀਏ ਆ ਜਾ ਫਿਰ ਮਸਤੀ ਕਰੀਏ ਸਿਪਾਹੀ ਹੁਣ ਵੀ ਇਹ ਵੇਖ ਰਿਹਾ ਸੀ ਸਤਾਈ ਹੋਈ ਮਟਿਆਰ ਦੀ ਉਂਗਲ ਦੇ ਇੱਕ ਇਸ਼ਾਰੇ ਨਾਲ ਸੋਪੀ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਸੀ ਆਪਣੀ ਕਲਪਨਾ ਵਿੱਚ ਉਹ ਜੇਲ੍ਹ ਦੇ ਸੁਖਦਿਨਿਗ ਵਿੱਚ ਪਹੁੰਚ ਵੀ ਚੁੱਕਾ ਸੀ ਪਰ ਮੁਟਿਆਰ ਉਸ ਵੱਲ ਮੂੰਹ ਕਰਕੇ ਖੜੀ ਹੋ ਗਈ ਤੇ ਆਪਣਾ ਹੱਥ ਵਧਾ ਕੇ ਉਸ ਦੇ ਕੋਟ ਦੀ ਬਾਹਣ ਫੜ ਕੇ ਖੁਸ਼ੀ ਨਾਲ ਬੋਲੀ ਜ਼ਰੂਰ ਸੋਹਣਾ ਮੈਂ ਤਾਂ ਪੂਰੀ ਤਿਆਰ ਹਾਂ ਮੈਂ ਤਾਂ ਤੈਨੂੰ ਆਪ ਕਹਿਣ ਵਾਲੀ ਸੀ ਪਰ ਉਹ ਸਿਪਾਹੀ ਵੇਖ ਰਿਹਾ ਏ ਰੁੱਖ ਨਾਲ ਵੇਲ ਵਾਂਗ ਆਪਣੀ ਦੇਹ ਨਾਲ ਲਿਪਟੀ ਹੋਈ ਉਸ ਕੁੜੀ ਨੂੰ ਲਈ ਹੁਣ ਸੋਪੀ ਪੁਲਿਸਮੈਨ ਦੇ ਸਾਹਮਣੇ ਤੋਂ ਗੁਜ਼ਰਿਆ ਤਾਂ ਉਦਾਸੀ ਨੇ ਉਸ ਨੂੰ ਕੇਰ ਲਿਆ ਉਸ ਦੀ ਕਿਸਮਤ ਵਿੱਚ ਸ਼ਾਇਦ ਆਜ਼ਾਦੀ ਹੀ ਲਿਖੀ ਸੀ ਅਗਲੇ ਮੋੜ ਤੇ ਹੀ ਉਹ ਕੁੜੀ ਤੋਂ ਖਹਿੜਾ ਛੁਡਾ ਕੇ ਭੱਜਿਆ ਤੇ ਉਸ ਮੁਹੱਲੇ ਵਿੱਚ ਪਹੁੰਚ ਕੇ ਰੁਕਿਆ ਜਿੱਥੇ ਰਾਤ ਨੂੰ ਝੂਠੇ ਵਾਦੇ ਕਰਨ ਵਾਲੇ ਬੇਫਿਕਰ ਪ੍ਰੇਮੀ ਤੇ ਸੰਗੀਤ ਸ਼ਰਾਬ ਦੇ ਦੌਰ ਚੱਲਦੇ ਨੇ ਫਰਦ ਦੇ ਕੋਟ ਪਹਿਨੀ ਔਰਤਾਂ ਤੇ ਵਧੀਆ ਓਵਰ ਕੋਟ ਪਹਿਨੇ ਮਰਦ ਉਸ ਸੁਹਾਵਣੀ ਹਵਾ ਵਿੱਚ ਟਹਿਲ ਰਹੇ ਸਨ ਅਚਾਨਕ ਸੋਪੀ ਦੇ ਮਨ ਵਿੱਚ ਸ਼ੰਕਾ ਉੱਠੀ ਕਿ ਕਿਸੇ ਭਿਆਨਕ ਤੋਣੇ ਨੇ ਉਸ ਨੂੰ ਗ੍ਰਿਫਤਾਰੀ ਤੋਂ ਮੁਕੰਮਲ ਆਜ਼ਾਦ ਤੇ ਨਹੀਂ ਕਰ ਰੱਖਿਆ ਇਸ ਵਿਚਾਰ ਨਾਲ ਉਹ ਕੁਝ ਘਬਰਾਇਆ ਪਰ ਇੱਕ ਸ਼ਾਨਦਾਰ ਨਾਟਕ ਘਰ ਦੇ ਸਾਹਮਣੇ ਸ਼ਾਹ ਨਾਲ ਟਹਿਲਦੇ ਹੋਏ ਇਸ ਨੇ ਇੱਕ ਸਿਪਾਈ ਨੂੰ ਵੇਖਿਆ ਉਸ ਦੇ ਮਨ ਵਿੱਚ ਸ਼ਰਾਬੀ ਦਾ ਰੋਲ ਅਦਾ ਕਰਨ ਦੀ ਯੋਜਨਾ ਫਿਰ ਬਿਜਲੀ ਦੀ ਤਰ੍ਹਾਂ ਕੌਂਦ ਗਈ ਫੁੱਟਪਾਥ ਤੇ ਖੜੇ ਹੋ ਕੇ ਸੋਪੀ ਨੇ ਆਪਣੀ ਕੁਰਖਤਬ ਆਵਾਜ਼ ਵਿੱਚ ਸ਼ਰਾਬੀਆਂ ਦੀ ਤਰ੍ਹਾਂ ਬਕਵਾਸ ਕਰਨੀ ਅਤੇ ਚੀਖਣਾ ਸ਼ੁਰੂ ਕਰ ਦਿੱਤਾ ਉਹਨੇ ਖੁਦ ਅੰਮ ਬਚਾਇਆ ਨੱਚਿਆ ਟੱਪਿਆ ਚੀਖਿਆ ਚਲਾਇਆ ਤੇ ਹੋਰ ਬੜੇ ਲੱਛਣ ਕਰਕੇ ਸਿਰਸਮਾਨ ਤੇ ਚੱਕ ਲਿਆ ਪੁਲਿਸਮੈਨ ਨੇ ਡੰਡਾ ਕਮਾਉਂਦੇ ਹੋਏ ਸੋਪੀ ਵੱਲ ਪਿੱਟ ਕਰ ਲਈ ਤੇ ਇੱਕ ਰਾਹੀਰ ਨੂੰ ਕਹਿਣ ਲੱਗਿਆ ਇਹ ਕੋਈ ਕਾਲਜ ਦਾ ਮੁੰਡਾ ਏ ਉਹਨਾਂ ਨੇ ਹਾਰਟਫੋਰਟ ਕਾਲਜ ਨੂੰ ਅੱਜ ਬੁਰੀ ਤਰ੍ਹਾਂ ਹਰਾਇਆ ਏ ਇਸ ਲਈ ਖੁਸ਼ੀ ਮਨਾ ਰਿਹਾ ਏ ਸਿਰਫ ਹੋਲ ਨਾ ਮਚਾਉਂਦਾ ਏ ਕੋਈ ਡਰਵਾਰੀ ਗੱਲ ਨਹੀਂ ਇਹਨਾਂ ਲੋਕਾਂ ਨੂੰ ਕੁਝ ਨਾ ਕਹਿੰਦੇ ਸਾਨੂੰ ਹਿਦਾਇਤ ਏ ਸੋਪੀ ਨੇ ਦੁਖੀ ਹੋ ਕੇ ਇਸ ਅਸਫਲ ਟਿਕੜਮ ਨੂੰ ਤਿਆਗ ਦਿੱਤਾ ਕੀ ਪੁਲਿਸ ਦੇ ਸਿਪਾਹੀ ਉਸਨੂੰ ਕਦੇ ਗ੍ਰਿਫਤਾਰ ਨਹੀਂ ਕਰਨਗੇ ਉਸ ਦੀ ਕਲਪਨਾ ਦੀ ਜੇਲ ਹੁਣ ਉਸ ਨੂੰ ਦੁਰਲੱਭ ਸਵਰਗ ਦੇ ਸਮਾਨ ਲੱਗਣ ਲੱਗੀ। ਠੰਡੀ ਹਵਾ ਤੋਂ ਬਚਣ ਲਈ ਉਸ ਨੇ ਆਪਣੇ ਘਸੇ ਪੁਰਾਣੇ ਕੋਟ ਦੇ ਬਟਨ ਬੰਦ ਕਰ ਲਏ। ਸਿਗਰਟ ਦੀ ਦੁਕਾਨ ਵਿੱਚ ਸੁਣੇ ਇੱਕ ਬਣਦੇ ਫੱਬਦੇ ਆਦਮੀ ਨੂੰ ਸਿਗਰਟ ਸੁਲਗਾਉਂਦੇ ਹੋਏ ਵੇਖਿਆ। ਅੰਦਰ ਜਾਂਦੇ ਸਮੇਂ ਉਸ ਨੇ ਆਪਣੀ ਛਤਰੀ ਦਰਵਾਜ਼ੇ ਦੇ ਕੋਲ ਰੱਖ ਦਿੱਤੀ ਸੀ। ਸੋਬੀ ਅੰਦਰ ਵੜਿਆ। ਛਤਰੀ ਚੁੱਕੀ ਤੇ ਹੌਲੀ-ਹੌਲੀ ਚਾਲ ਕਦਮੇ ਕਰਦਾ ਅੱਗੇ ਵਧ ਗਿਆ। ਸਿਗਰਟ ਵਾਲਾ ਆਦਮੀ ਜਲਦੀ ਹੀ ਉਸ ਦੇ ਨਾਲ ਪਿੱਛੇ-ਪਿੱਛੇ ਆਇਆ ਤੇ ਕੁਝ ਸਖ਼ਤੀ ਨਾਲ ਬੋਲਿਆ। "ਮੇਰੀ ਛਤਰੀ" ਚੋਰੀ ਉੱਪਰ ਸੀਨਾ ਜ਼ੋਰੀ ਕਰਦੇ ਹੋਏ ਸੋਪੀ ਮਜ਼ਾਕ ਕਰਨ ਲੱਗਿਆ ਸੱਚੀ ਇਹ ਤੇਰੀ ਛਤਰੀ ਹੈ ਤਾਂ ਫਿਰ ਬੁਲਾਓ ਪੁਲਿਸ ਨੂੰ ਜਲਦੀ ਕਰੋ ਸਾਹਿਬ ਪੁਲਿਸ ਨੂੰ ਬੁਲਾਓ ਉਹ ਉਹ ਮੋੜ ਤੇ ਖੜਾ ਹੈ ਛਤਰੀ ਦੇ ਮਾਲਕ ਨੇ ਆਪਣੀ ਚਾਲ ਹੌਲੀ ਕਰ ਦਿੱਤੀ ਸੋਪੀ ਨੇ ਵੀ ਉਵੇਂ ਹੀ ਕੀਤਾ ਪਰ ਉਸਦੇ ਮਨ ਵਿੱਚ ਇਹ ਸੰਦੇਹ ਉੱਠ ਚੁੱਕਿਆ ਸੀ ਕਿ ਇਸ ਵਾਰ ਵੀ ਕਿਸਮਤ ਉਸਨੂੰ ਧੋਖਾ ਦੇ ਜਾਵੇਗੀ ਸਿਪਾਹੀ ਸਹਿਮੇ ਸਮੇਂ ਉਹਨਾਂ ਦੋਨਾਂ ਵੱਲ ਵੇਖਦਾ ਰਿਹਾ ਛਤਰੀ ਵਾਲ ਨੇ ਕਿਹਾ ਓਹ ਮੈਨੂੰ ਭੁਲੇਖਾ ਲੱਗ ਗਿਆ ਜੇ ਛਤਰੀ ਥੋੜੀਏ ਤਾਂ ਮੈਨੂੰ ਮਾਫ਼ ਕਰੋ ਅਸਲ ਚ ਗੱਲ ਇਹ ਹੈ ਕਿ ਅੱਜ ਸਵੇਰੇ ਮੈਨੂੰ ਇਹ ਹੋਟਲ ਤੋਂ ਮਿਲੀ ਸੀ ਜੇਕਰ ਤੁਸੀਂ ਇਸ ਨੂੰ ਪਛਾਣਦੇ ਹੋ ਤੇ ਜੇਕਰ ਥੋੜੀਏ ਤਾਂ ਮੈਂ ਆਸ ਕਰਦਾ ਕਿ ਤੁਸੀਂ ਮੈਨੂੰ ਜੀ ਹਾਂ ਬਿਲਕੁਲ ਮੇਰੀ ਹੈ ਛੋਪੀ ਦੁਸ਼ਟਤਾ ਨਾਲ ਬੋਲਿਆ ਛਤਰੀ ਦਾ tatha ਕथित ਮਾਲਕ ਮੈਦਾਨ ਛੱਡ ਕੇ ਭੱਜ ਗਿਆ ਪੁਲਿਸਮੈਨ ਵੀ ਕਾਫੀ ਦੂਰ ਪਰ ਦਿਖਾਈ ਦੇਣ ਵਾਲੀ ਇੱਕ ਮੋਟਰ ਤੋਂ ਸੜਕ ਪਾਰ ਕਰ ਰਹੀ ਇੱਕ ਸੁੰਦਰੀ ਨੂੰ ਬਚਾਉਣ ਲਈ ਚੱਲ ਪਿਆ ਸੋਪੀਪੂਰਬ ਦੀ ਵੱਲ ਮੁਰੰਮਤ ਲਈ ਪੱਟੀ ਗਈ ਸੜਕ ਤੇ ਅੱਗੇ ਵਧਿਆ ਗੁੱਸੇ ਨਾਲ ਉਸਨੇ ਛਧਰੀ ਨੂੰ ਇੱਕ ਟੋਏ ਵਿੱਚ ਸੁੱਟ ਦਿੱਤਾ ਸਿਰ ਤੇ ਲੋਹੇ ਦੀ ਟੋਪੀ ਅਤੇ ਹੱਥ ਵਿੱਚ ਡੰਡਾ ਲੈ ਘੁੰਮਣ ਵਾਲੇ ਪੁਲਿਸ ਵਿਭਾਗ ਦੇ ਪ੍ਰਤੀ ਉਸਦਾ ਮਨ ਵਿਰਾਗ ਨਾਲ ਭਰ ਗਿਆ ਉਹ ਤਾਂ ਉਹਨਾਂ ਦੇ ਪੰਜਾਂ ਵਿੱਚ ਫਸਣਾ ਚਾਹੁੰਦਾ ਸੀ ਤੇ ਸਿਪਾਈ ਸਾਹ ਦੇ ਉਸਨੂੰ ਬੁਰਾਈ ਤੋਂ ਉੱਪਰ ਉੱਠੇ ਕਿਸੇ ਰਾਜੇ ਦੇ ਸਮਾਨ ਸਮਝ ਰਹੇ ਸਨ ਅਖੀਰ ਵਿੱਚ ਸੋਪੀਪੂਰਬ ਵਾਲੇ ਪਾਸੇ ਅਜਿਹੇ ਮਾਰਗ ਤੇ ਜਾ ਪਹੁੰਚਿਆ ਜਿੱਤੇ ਖੱਪਖਾਨਾ ਤੇ ਚਮਕ-ਦਮਕ ਬਹੁਤ ਘੱਟ ਸੀ ਇੱਥੋਂ ਉਹ ਸਿੱਧਾ ਮੈਡੀਸਨ ਰੋਡ ਵੱਲ ਮੁੜ ਪਿਆ। ਘਰ ਦਾ ਮੋਹ ਇਨਸਾਨ ਨੂੰ ਆਪਣੇ ਵੱਲ ਖਿੱਚਦਾ ਹੀ ਹੈ। ਚਾਹੇ ਉਸ ਦਾ ਘਰ ਕਿਸੇ ਪਾਰਕ ਦੀ ਬੈਂਚ ਹੀ ਕਿਉਂ ਨਾ ਹੋਵੇ। ਪਰ ਇੱਕ ਸੁੰਨੀ ਜਿਹੀ ਥਾਂ ਤੇ ਸੋਪੀ ਦੇ ਪੈਰ ਰੁਕ ਗਏ। ਪਰ ਇੱਥੇ ਇੱਕ ਪੁਰਾਣਾ, ਅਜੀਬ ਤੇ ਟੁੱਟਾ-ਫੁੱਟਾ ਗਿਰਜਾ ਸੀ। ਬੈਂਗਣੀ ਰੰਗ ਦੇ ਕੱਚ ਵਾਲੀ ਖਿੜਕੀ ਵਿੱਚੋਂ ਮੰਦ ਪ੍ਰਕਾਸ਼ ਛੰਡ ਰਿਹਾ ਸੀ। ਤੇ ਅਗਲੇ ਐਤਵਾਰ ਦੀ ਅਰਦਾਸ ਦੀ ਤਿਆਰੀ ਵਿੱਚ ਲੀਨ ਪਿਆਨੋ ਵਜਾਉਣ ਵਾਲਾ ਕੀਬੋਰਡ ਤੇ ਆਪਣੀਆਂ ਉਂਗਲਾਂ ਨਚਾ ਰਿਹਾ ਸੀ। ਸਵਰਗੀ ਸੰਗੀਤ ਦੀ ਮధుਰ ਆਵਾਜ਼ ਲੈ ਰੀ ਵਗਦੀ ਹੋਈ ਸੋਪੀ ਦੇ ਕੰਨਾਂ ਤੱਕ ਆਈ ਜਿਸਨੇ ਉਸਤੇ ਜਾਦੂ ਕਰਕੇ ਗਿਰਜੇ ਦੀ ਬਾਗਲ ਨਾਲ ਜਿਵੇਂ ਜਕੜ ਹੀ ਲਿਆ ਹੋਵੇ ਆਕਾਸ਼ ਵਿੱਚ ਨਿਰਮਲ ਪ੍ਰੇਮ ਪ੍ਰਚੰਨ ਚਮਕ ਰਿਹਾ ਸੀ ਸੜਕ ਰਾਹਗੀਰਾਂ ਤੋਂ ਬਿਲਕੁਲ ਸੁੰਨੀ ਸੀ ਪੰਛੀ ਚਹਿਚਾ ਰਹੇ ਸਨ ਮਾਹੌਲ ਕਿਸੇ ਪਿੰਡ ਦੇ ਗਿਰਜੇ ਦੇ ਸਮਾਨ ਸ਼ਾਂਤ ਸੀ ਅਰਦਾਸ ਦੀਆਂ ਸੁਰਾਂ ਨੇ ਸੋਪੀ ਨੂੰ ਬਾਗਲੇ ਦੀਆਂ ਗਰੇਲਾਂ ਨਾਲ ਜਕੜ ਦਿੱਤਾ ਸੀ ਕਿਉਂਕਿ ਉਹ ਉਸ ਅਰਦਾਸ ਤੋਂ ਵਾਕਿਫ ਸੀ ਉਸਨੇ ਬਹੁਤ ਪਹਿਲਾਂ ਇਸ ਨੂੰ ਸੁਣਿਆ ਸੀ ਜਦੋਂ ਕਦੇ ਉਸਦੇ ਜੀਵਨ ਵਿੱਚ ਪਵਿੱਤਰ ਵਿਚਾਰ, ਸਾਫ਼ ਕੱਪੜੇ, ਇਛਾਵਾ, ਫੁੱਲਾ, ਮਹਵਾ ਪਹਿਣਾ ਤੇ ਮਿੱਤਰਾਂ ਦਾ ਵੀ ਸਥਾਨ ਰਿਹਾ ਸੀ। ਸੋਪੀ ਦੇ ਮਨ ਦੀ ਗ੍ਰੈਂਡਸ਼ੀਲਤਾ ਅਤੇ ਪੁਰਾਣੇ ਗਿਰਜੇ ਦੇ ਪਵਿੱਤਰ ਪ੍ਰਭਾਵ ਦੀ ਸਾਂਝੀ ਸਮੂਲੀਅਤ ਨੇ ਸੋਪੀ ਦੀ ਅੰਤਰ ਆਤਮਾ ਵਿੱਚ ਇੱਕ ਅਦਭੁਤ ਤਬਦੀਲੀ ਲਿਆ ਦਿੱਤੀ। ਆਤਾਂਕਿਤ ਹੋ ਕੇ ਉਸਨੇ ਇਸ ਗਹਿਰਾਈ ਦਾ ਅਨੁਭਵ ਕੀਤਾ ਜਿਸ ਵਿੱਚ ਉਹ ਡਿੱਗ ਚੁੱਕਾ ਸੀ। ਪਤਨ ਦੇ ਦਿਨ, ਕ੍ਰਿਣਾਜਨਕ ਤਮਾ, ਮੁਰਦਾ ਆਸ਼ਾਵਾ, ਬਰਬਾਦ ਹੋਏ ਗੁਣ। ਤੇ ਕਮੀਨੇ ਮਨੋਰਥ ਜਿਨ੍ਹਾਂ ਨੇ ਹੁਣ ਤੱਕ ਉਸ ਦੇ ਵजूद ਨੂੰ ਬਣਾਇਆ ਹੋਇਆ ਸੀ ਉਸ ਦੀਆਂ ਯਾਦਾਂ ਦੀ ਪਟਾਰੀ ਵਿੱਚੋਂ ਉੱਭਰ ਆਏ ਤੇ ਦੂਜੇ ਹੀ ਪਲ ਉਸ ਦੇ ਹਿਰਦੇ ਨੇ ਇਸ ਨਵੇਂ ਵਿਚਾਰ ਦਾ ਉਤਸ਼ਾਹਪੂਰਵਕ ਹੰਗਾਰਾ ਭਰਿਆ ਅਚਾਨਕ ਉਸ ਦੇ ਹਿਰਦੇ ਵਿੱਚ ਆਪਣੀ ਬਦ ਕਿਸਮਤੇ ਨਾਲ ਲੜਨ ਦੀ ਇੱਕ ਤਕੜੀ ਪ੍ਰੇਰਣਾ ਪੈਦਾ ਹੋਈ ਇਸ ਦਲਦਲ ਤੋਂ ਆਪਣੇ ਆਪ ਨੂੰ ਬਾਹਰ ਕੱਢਣ ਦਾ ਉਸ ਨੇ ਨਿਸ਼ਚਾ ਕੀਤਾ ਉਹ ਫੇਰ ਤੋਂ ਆਪਣੇ ਆਪ ਨੂੰ ਇੱਕ ਚੰਗਾ ਇਨਸਾਨ ਬਣਾਵੇਗਾ ਜਿਸ ਬਰਾਈ ਨੇ ਉਸ ਨੂੰ ਦਬੋਚ ਰੱਖਿਆ ਹੈ ਉਸ ਤੇ ਕਾਬੂ ਕਰੇਗਾ ਅਜੇ ਵੀ ਸਮਾਂ ਹੈ ਉਸ ਦੀ ਉਮਰ ਕੋਈ ਜ਼ਿਆਦਾ ਨਹੀਂ ਉਹ ਆਪਣੀਆਂ ਪੁਰਾਣੀਆਂ ਇੱਛਾਵਾਂ ਨੂੰ ਪੁਨਰਜੀਵਨ ਦੇ ਕੇ ਬਿਨਾਂ ਲੜਖੜਾਈ ਪੂਰੀਆਂ ਕਰੇਗਾ ਪਿਆਨੋ ਦੇ ਉਹਨਾਂ ਮਧੁਰ ਸੁਰਾਣੇ ਉਸ ਦੀ ਆਤਮਾ ਵਿੱਚ ਇੱਕ ਹਲਚਲ ਮਚਾ ਦਿੱਤੀ ਸੀ ਕੱਲ ਸਵੇਰੇ ਉਹ ਸ਼ਹਿਰ ਦੇ ਦੱਖਣੀ ਭਾਗ ਵਿੱਚ ਜਾ ਕੇ ਕੰਮ ਲੱਭੇਗਾ ਫਰਦ ਇੱਕ ਵਪਾਰੀ ਨੇ ਉਸ ਨੂੰ ਇੱਕ ਵਾਰ ਡਰਾਈਵਰ ਦੀ ਨੌਕਰੀ ਦੇਣੀ ਚਾਹੀ ਸੀ ਕੱਲ ਹੀ ਉਸ ਨੂੰ ਲੱਭ ਕੇ ਨੌਕਰੀ ਲੈ ਲਵੇਗਾ ਉਹ ਇੱਕ ਕਾਮਯਾਬ ਇਨਸਾਨ ਬਣੇਗਾ ਸੋਪੀ ਨੇ ਆਪਣੇ ਬਾਹ ਤੇ ਕਿਸੇ ਝਗੜ ਦਾ ਅਨੁਭਵ ਕੀਤਾ ਤੇਜ਼ੀ ਨਾਲ ਘੁੰਮਦੇ ਹੀ ਉਸ ਨੂੰ ਇੱਕ ਸਿਪਾਹੀ ਦਾ ਕਠੋਰ ਚਿਹਰਾ ਵਿਖਾਈ ਦਿੱਤਾ ਸਿਪਾਹੀ ਨੇ ਪੁੱਛਿਆ ਇੱਥੇ ਕੀ ਕਰਦਾ ਸੋਪੀ ਨੇ ਕਿਹਾ ਜੀ ਕੁਝ ਨਹੀਂ ਸਿਪਾਹੀ ਬੋਲਿਆ ਕੁਝ ਨਹੀਂ ਤਾਂ ਚੱਲ ਮੇਰੇ ਨਾਲ ਦੂਜੇ ਦਿਨ ਸਵੇਰੇ ਪੁਲਿਸ ਕੋਡ ਦੇ ਨਯਾ ਅਧਿਕਾਰੀ ਸਾਹਿਬ ਨੇ ਹੁਕਮ ਦਿੱਤਾ 3 ਮਹੀਨਾ ਦੀ ਸਖਤ ਕੈਦ ਦੋਸਤੋ ਤੁਸੀਂ ਸੁਣ ਰਹੇ ਸੀ ਉਹ ਹੈਂਡਰੀ ਦੀ ਲਿਖੀ ਕਹਾਣੀ ਪੁਲਥਿਆ ਤੇ ਗੀਤ ਇਸ ਕਹਾਣੀ ਦਾ ਅੰਵਾਦ ਚਰਨ ਗਿਲ ਨੇ ਕੀਤਾ ਹੈ ਤੇ ਆਵਾਜ਼ ਦਿੱਤੀ ਹੈ ਜਗਸੀਰ ਨੇ